ਦਾ ਸੁਪਰੀਮ ਕੋਰਟ ਦੇ ਵਿੱਚ ਨਿਆਂ ਦੀ ਮੂਰਤੀ ਸਥਾਪਿਤ ਕੀਤੀ ਗਈ ਆ ਪਰ ਇਸ ਮੂਰਤੀ ਦੇ ਵਿੱਚ ਕਾਫੀ ਜ਼ਿਆਦਾ ਬਦਲਾਅ ਨੇ ਛੜੇ ਉਹ ਕੀਤੇ ਗਏ ਨੇ ਅੱਖਾਂ ਤੋਂ ਪੱਟੀਆਂ ਛੜੀ ਉਹ ਹਟਾ ਦਿੱਤੀ ਗਈ ਆ ਪਹਿਲਾਂ ਮੂਰਤੀ ਦੇ ਇੱਕ ਹੱਥ ਦੇ ਵਿੱਚ ਤਲਵਾਰ ਫੜਾਈ ਹੋਈ ਸੀ ਤਾਂ ਹੁਣ ਤਲਵਾਰ ਦੀ ਜਗ੍ਹਾ ਤੇ ਹੱਥ ਦੇ ਵਿੱਚ ਸੰਵਿਧਾਨ ਆ ਛੜਾ ਉਹ ਫੜਾਇਆ ਗਿਆ ਪਹਿਲਾ ਮੂਰਤੀ ਦੇ ਗਾਉ ਨੂੰ ਪਾਇਆ ਹੋਇਆ ਸੀ ਤਾਂ ਹੁਣ ਮੂਰਤੀ ਦੇ ਸਾੜੀ ਆ ਛੜੀ ਉਹ ਪਹਿਨਾਈ ਗਈ ਆ ਨਾਲ ਹੀ ਮੱਥੇ ਦੇ ਉੱਪਰ ਬਿੰਦੀ ਲਗਾਈ ਗਈ ਆ ਤੇ ਨਾਲ ਹੀ ਸਿਰ ਦੇ ਉੱਪਰ ਇੱਕ ਮੁਕੂਟਾ ਝੜਾ ਉਹ ਦਿੱਤਾ ਗਿਆ ਤਾਂ ਕਾਫੀ ਜ਼ਿਆਦਾ ਬਦਲਾਅ ਨੇ ਜਿਹੜੇ ਉਹ ਕੀਤੇ ਗਏ ਨੇ ਚੀਫ ਜਸਟਿਸ ਡੀਵਾਈ ਚੰਦਰ ਚੂੜਦੇ ਦੇ ਨਿਰਦੇਸ਼ਾਂ ਤੋਂ ਬਾਅਦ ਇਹ ਬਦਲਾਅ ਨੇ ਜਿਹੜੇ ਉਹ ਕੀਤੇ ਗਏ ਨੇ ਤਾਂ ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੀ ਲਾਇਬ੍ਰੇਰੀ ਦੇ ਵਿੱਚ ਇਹ ਮੂਰਤੀਆਂ ਜਿਹੜੀ ਉਹ ਸਥਾਪਿਤ ਕੀਤੀ ਗਈ ਹੈ ਜਿੱਥੇ ਇਸ ਮੂਰਤੀ ਦੇ ਵਿੱਚ ਕਾਫੀ ਜ਼ਿਆਦਾ ਬਦਲਾਅ ਨੇ ਜਿਹੜੇ ਉਹ ਕੀਤੇ ਗਏ ਨੇ ਪਹਿਲਾ ਮੂਰਤੀ ਦੀਆਂ ਅੱਖਾਂ ਦੇ ਉੱਪਰ ਪੱਟੀ ਆ ਜਿਹੜੀ ਉਹ ਬਣੀ ਹੁੰਦੀ ਸੀ ਤਾਂ ਹੁਣ ਪੱਟੀ ਨੂੰ ਹਟਾਇਆ ਗਿਆ ਹੈ। ਮੂਰਤੀ ਦੀਆਂ ਅੱਖਾਂ ਨੇ ਜਿਹੜੀਆਂ ਉਹ ਖੋਲ ਦਿੱਤੀਆਂ ਗਈਆਂ ਨੇ। ਪਹਿਲਾਂ ਮੂਰਤੀ ਦੇ ਇੱਕ ਹੱਥ ਦੇ ਵਿੱਚ ਤੱਕੜੀ ਫੜਾਈ ਹੋਈ ਸੀ ਤੇ ਇੱਕ ਹੱਥ ਦੇ ਵਿੱਚ ਤਲਵਾਰ ਫੜਾਈ ਹੋਈ ਸੀ ਤਾਂ ਹੁਣ ਇੱਕ ਹੱਥ ਦੇ ਵਿੱਚ ਤੱਕੜੀ ਤਾਂ ਜਿਹੜੀ ਫੜੀ ਹੋਈ ਆ ਤੇ ਇੱਕ ਹੱਥ ਦੇ ਵਿੱਚ ਤਲਵਾਰ ਦੀ ਜਗ੍ਹਾ ਤੇ ਸੰਵਿਧਾਨ ਆ ਜਿਹੜਾ ਉਹ ਫੜਾਇਆ ਗਿਆ। ਤਾਂ ਪਹਿਲਾਂ ਇਹ ਮੰਨਿਆ ਜਾਂਦਾ ਹੁੰਦਾ ਸੀ ਕਿ ਮੂਰਤੀ ਦੀਆਂ ਅੱਖਾਂ ਦੇ ਉੱਪਰ ਪੱਟੀ ਇਸ ਕਰਕੇ ਬਣੀ ਹੋਈ ਆ ਕਿ ਕਾਨੂੰਨ ਦੇ ਸામਣੇ ਸਾਰੇ ਲੋਕ ਨੇ ਜਿਹੜੇ ਉਹ ਬਰਾਬਰ ਨੇ ਕਾਨੂੰਨ ਕਿਸੇ ਦੀ ਦੌਲਤ ਨਹੀਂ ਦੇਖਦਾ ਕਾਨੂੰਨ ਕਿਸੇ ਦਾ ਰੰਗ ਰੂਪ ਨਹੀਂ ਦੇਖਦਾ ਕਾਨੂੰਨ ਕਿਸੇ ਦੀ ਜਾਤ ਪਾਤ ਨਹੀਂ ਦੇਖਦਾ ਸਾਰੇ ਉਸ ਦੇ ਸਾਹਮਣੇ ਬਰਾਬਰ ਨੇ ਤਾਂ ਹੁਣ ਕਿਹਾ ਜਾ ਰਿਹਾ ਹੈ ਕਿ ਪੱਟੀ ਇਸ ਕਰਕੇ हटਾਈ ਗਈ ਆ ਕਿ ਕਾਨੂੰਨ ਆ ਜਿਹੜਾ ਉਹ ਦੇਸ਼ ਦੇ ਵਿੱਚ ਅਨਾ ਨਹੀਂ ਹੈ ਕਾਨੂੰਨ ਸਭ ਨੂੰ ਬਰਾਬਰ ਦੇਖੇਗਾ ਤਾਂ ਹੱਥ ਦੇ ਵਿੱਚ ਪਹਿਲਾਂ ਜਿਹੜੀ ਤਲਵਾਰ ਫੜੀ ਹੁੰਦੀ ਸੀ ਸ਼ਕਤੀ ਦਾ ਪ੍ਰਤੀਕ ਸੀ ਬੇਇਨਸਾਫੀਆਂ ਨੂੰ ਸਜ਼ਾ ਦੇਣ ਦੇ ਲਈ ਉਸਾਂ ਤਲਵਾਰ ਨੂੰ ਹੱਥ ਦੇ ਵਿੱਚ ਫੜਾਇਆ ਗਿਆ ਸੀ ਪਰ ਹੁਣ ਸੰਵਿਧਾਨ ਇਸ ਕਰਕੇ ਫੜਾਇਆ ਗਿਆ ਕਿ ਸੰਵਿਧਾਨ ਦੇ ਮੁਤਾਬਕ ਸਭ ਦੇ ਨਾਲ ਨਿਆਂ ਜਿਹੜਾ ਉਹ ਕੀਤਾ ਜਾਵੇਗਾ ਤਾਂ ਹੁਣ ਵੱਡੇ ਬਦਲਾਅ ਨੇ ਜਿਹੜੇ ਮੂਰਤੀ ਦੇ ਵਿੱਚ ਕੀਤੇ ਗਏ ਨੇ ਤਸਵੀਰਾਂ ਦੋਵੇਂ ਦਿਖਾ ਰਹੇ ਆ ਇੱਕ ਪਾਸੇ ਤਸਵੀਰ ਦਿਖਾ ਰਹੇ ਆ ਪੁਰਾਣੀ ਮੂਰਤੀ ਦੀ ਤੇ ਇੱਕ ਪਾਸੇ ਤਸਵੀਰ ਦਿਖਾ ਰਹੇ ਆ ਨਵੀਂ ਮੂਰਤੀ ਦੀ ਤਾਂ ਨਵੀਂ ਮੂਰਤੀ ਦੇ ਵਿੱਚ ਕਾਫੀ ਜ਼ਿਆਦਾ ਬਦਲਾਅ ਨੇ ਜਿਹੜੇ ਉਹ ਕੀਤੇ ਗਏ ਨੇ ਪਹਿਲਾਂ ਪੁਰਾਣੀ ਮੂਰਤੀ ਦੇ ਅੱਖਾਂ ਦੇ ਉੱਪਰ ਪੱਟੀ ਬੰਨੀ ਹੋਈ ਸੀ ਤਾਂ ਹੁਣ ਨਵੀਂ ਮੂਰਤੀ ਦੇ ਵਿੱਚ ਅੱਖਾਂ ਤੋਂ ਪੱਟੀ ਆ ਜਿਹੜੀ ਉਹ ਹਟਾ ਦਿੱਤੀ ਗਈ ਆ ਅੱਖਾਂ ਨੇ ਜੜੀਆਂ ਉਹ ਖੋਲ ਦਿੱਤੀਆਂ ਗਏ ਨੇ ਇੱਕ ਹੱਥ ਦੇ ਵਿੱਚ ਪਹਿਲਾਂ ਤਲਵਾਰ ਫੜੀ ਹੁੰਦੀ ਸੀ ਮੂਰਤੀ ਦੇ ਤਾਂ ਹੁਣ ਉਸ ਤਲਵਾਰ ਦੀ ਜਗ੍ਹਾ ਤੇ ਸੰਵਿਧਾਨ ਆ ਜਿਹੜਾ ਉਹ ਹੱਥ ਦੇ ਵਿੱਚ ਫੜਾਇਆ ਗਿਆ ਕਿਹਾ ਜਾ ਰਿਹਾ ਕਿ ਅੱਖਾਂ ਤੋਂ ਪੱਟੀ ਲਾਉਣ ਦਾ ਮਕਸਦ ਇਹ ਹੈ ਕਿ ਦੇਸ਼ ਦੇ ਵਿੱਚ ਕਾਨੂੰਨ ਆ ਜਿਹੜਾ ਉਹ ਅਨਾ ਨਹੀਂ ਹੈ ਕਾਨੂੰਨ ਸਭ ਨੂੰ ਬਰਾਬਰ ਰੱਖੇਗਾ ਤੇ ਤਲਵਾਰ ਹਟਾਉਣ ਦਾ ਮਤਲਬ ਇਹ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਤਲਵਾਰ ਨੂੰ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ ਸੀ ਬੇਇਨਸਾਫੀਆਂ ਨੂੰ ਸਜ਼ਾ ਦੇਣ ਦੇ ਲਈ ਕਿਹਾ ਮੰਨਿਆ ਜਾਂਦਾ ਸੀ ਤਾਂ ਹੁਣ ਉਹ ਸਲਵਾਰ ਤਾਂ ਕਰਕੇ हटਾਈ ਗਈ ਹੈ ਕਿ ਸੰਵਿਧਾਨ ਦੇ ਮੁਤਾਬਿਕ ਸਭ ਦੇ ਨਾਲ ਨਿਆਂ ਜਿਹੜਾ ਉਹ ਕੀਤਾ ਜਾਵੇਗਾ ਤਾਂ ਵੱਡੇ ਬਦਲਾਅ ਨੇ ਜਿਹੜੇ ਉਹ ਕੀਤੇ ਗਏ ਨੇ ਤਾਂ ਚੀਫ ਜਸਟਿਸ ਡੀ.ਵਾਈ ਚੰਦਰ ਚੂੜ ਦੇ ਹੁਕਮਾਂ ਤੋਂ ਬਾਅਦ ਇਹ ਬਦਲਾਅ ਨੇ ਜਿਹੜੇ ਉਹ ਕੀਤੇ ਗਏ ਨੇ ਤਾਂ ਸੁਪਰੀਮ ਕੋਰਟ ਦੇ ਜੱਜਾਂ ਦੀ ਲਾਇਬ੍ਰੇਰੀ ਦੇ ਵਿੱਚ ਇਹ ਮੂਰਤੀਆਂ ਜਿਹੜੀ ਉਹ ਸਥਾਪਿਤ ਕੀਤੀ ਗਈ ਹੈ